ਤੁਸਾਂ ਮੇਰੇ ਤੱਕ ਜੀ ਆਪਣਾ ਪਸੰਦੀਦਾ ਚੈਨਲ ਸ਼ਾਨੇ ਪਟਵਾਰ ਯੂਟਿਊਬ ਚੈਨਲ, ਮੈਂ ਤੁਹਾਨੂੰ ਮੇਜ਼ਬਾਨ ਅਲਾ ਦਿੱਤਾ ਗੁੱਜਰ। ਜਿਹੜੇ ਬੰਦੇ ਪਹਿਲੀ ਵਾਰ ਪੇ ਤੱਕਣਾ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਆ ਜੀ। ਕਣਕ ਬਾਰਿਸ਼ ਤੋਂ ਬਾਅਦ ਬੜਾ ਸੋਹਣਾ ਮੌਸਮ ਜੀ, ਬਹੁਤ ਚੰਗੀ ਜੀ ਬਾਰਿਸ਼ ਹੋਈ ਹੈ ਪਾਕਿਸਤਾਨ ਵਿੱਚ। ਮੈਂ ਆ ਕੇ ਚਲੋ ਤੁਸਾਂ ਵਾਸਤੇ ਇੱਕ ਫਿਲਮ ਬਣਾਈ ਹੈ। ਕਣਕ ਤੁਸੀਂ ਦੱਸਣੇ ਆ ਜੀ ਕਿ ਤੁਸਾਂ ਕਣਕ ਤੱਕਣੇ ਰਹਿਣੇ ਹੋ, ਇਸ ਕੀ ਆਣੇ ਰੂਡੀ ਕਣਕ ਕੋਨੀ ਜਿਸ ਕੇ ਆਣੇ ਇਹ ਸਿੱਟਾ ਤੱਕੋ ਜੀ, ਕੋਈ ਇਸ ਤਰ੍ਹਾਂ ਕਿਸਾਰ ਨਹੀਂ ਤੁਸੀਂ ਨਜ਼ਰ ਅਚਣਲਾ ਅਤੇ ਮਾਲ ਡੰਗਰ ਇਹ ਬਾਹਣੇ ਵਾਸਤੇ ਬੜੀ ਚੰਗੀ ਹੋਣੀ, ਕਿਉਂਕਿ ਕਿਸਾਰ ਹੋਇਆ ਅਤੇ ਮਾਲੇ ਡੰਗਰ ਵਾਸਤੇ ਪਰੇਸ਼ਾਨੀ ਬਣਨੀ, ਤਾਂ ਇਹ ਇਸ ਕੀ ਰੋਡੀ ਹੈ। ਅਸਾਂ ਕਣਕ ਵੀ ਆਖਦੇ ਹਾਂ ਅਤੇ ਕੋਨੀ ਕਣਕ ਵੀ ਆਖਦੇ ਹਾਂ। ਮਾਸ਼ਾਅੱਲਾ ਬੜੀਆਂ ਸੋਹਣੀਆਂ ਕਣਕਾਂ ਜੀ, ਇਸ ਦਫਾ ਅੱਲਾ ਤਾਲਾ ਖਾਣੀ ਨਸੀਬ ਕਰੇ ਹਰ ਬੰਦੇ ਕੀ, ਬੜੀਆਂ ਸੋਹਣੀਆਂ ਮਾਸ਼ਾਅੱਲਾ ਕਣਕਾਂ। ਇਹ ਤੱਕੋ ਜੀ ਮਸਰ, ਇਸ ਕੀ ਮਸਰ ਅਸਾਂ ਆਖਦੇ ਹਾਂ ਪਠਵਾਰੀ ਵਿੱਚ, ਮਸਰ ਵੀ ਅਤੇ ਨਾਲ ਕੰਡਿਆਰਾ ਵੀ ਇਸ ਮਸਰਾਂ ਵਿੱਚ ਬਹੁਤ ਜ਼ਿਆਦਾ ਹੈ। ਸਿਆਣੇ ਆਣੇ ਨੂੰ ਸਾਨੂੰ ਮਸਰਾਂ ਛੋਲੇ ਰਾਣੇ ਸਾਂ ਬਈ ਅਤੇ ਗੱਲਾਂ ਪਾਉਣੇ ਸਾਂ ਤਾਂ ਗੋਡੇ ਗੋਡੇ ਕਾ ਸੀ ਕੈਡਾ ਸੁੱਖ ਨਸਾ ਸੀ। ਇਹ ਹੈ ਪਠਵਾਰ ਅਤੇ ਤੁਸਾਂ ਪੇ ਤੱਕਣਾ ਸ਼ਾਨੇ ਪਠਵਾਰ ਯੂਟਿਊਬ ਚੈਨਲ। ਇਸ ਦਫ਼ਾ ਮਾਸ਼ਾਅੱਲਾ ਬੜੀਆਂ ਸੋਹਣੀਆਂ ਕਣਕਾਂ ਜੀ, ਅੱਲਾ ਤਾਲਾ ਕਰਮ ਕਰਿਆ ਅਤੇ ਬਾਰਿਸ਼ ਤੋਂ ਬਾਅਦ ਨਿੱਕੀ ਨਿੱਕੀ ਧੁੱਪ ਚੜ੍ਹੀ ਅਤੇ ਬੜਾ ਸੋਹਣਾ ਮੌਸਮ ਹੈ। ਤਾਂ ਘੁਣ ਧੁੱਪ ਨਿਕਲੀ ਅਤੇ ਬਿੱਲੀ ਬੈਠੀ, ਬਿੱਲੀ ਵੀ ਬੜਾ ਜ਼ਬਰਦਸਤ ਇੰਜੋਏ ਵੀ ਕਰਨੀ ਧੁੱਪੇ ਨਾ। ਜਿਹੜਾ ਧੁੱਪ ਨਿਕਲਿਆ ਤਾਂ ਹਰ ਚੀਜ਼ ਆਪਣੇ ਮਜ਼ੇ 'ਚ ਹੋ ਜਾਣੀ। ਇਹ ਕੁੱਤਾ ਜੀ ਤੱਕੋ ਨਾ, ਕੋਈ ਆਵੇ ਜਾਂ ਕੋਈ ਨਾ ਆਵੇ, ਕੋਈ ਜਾਵੇ, ਆਪਣੇ ਆਰਾਮ ਸਕੂਨ ਨਾਲ ਪਿਆ ਸਕੂਨ ਕਰਨਾ ਧੁੱਪੇ। ਇਸ ਕੀ ਨਹੀਂ ਪਤਾ ਕੋਈ ਆਇਆ ਜਾਂ ਗਿਆ। ਗਈਆਂ ਤੱਕੋ ਜੀ, ਇਹ ਵੀ ਮਾਸ਼ਾਅੱਲਾ ਬੜੀਆਂ ਚੰਗੀਆਂ ਗਈਆਂ ਨੇ। ਪਰ ਛੋੜ ਦਿਓ ਸਮਾਂ ਸਿਆ, ਰੋਜ਼ ਨਵੀਂ ਵੀਡੀਓ ਮਿਲ ਗਿਆ ਸੁਣਿਆ, ਕਿਉਂਕਿ ਆਪਣਾ ਚੈਨਲ ਹੈ। ਪੂਰਾ ਗਈਆਂ ਨੇ, ਕੋਲ ਘੋੜਿਆਂ ਨੇ, ਕੋਲ ਮੰਝਾਂ ਨੇ, ਤਾਂ ਅੱਜ ਮੈਂ ਅੱਗੇ ਚਲੋ ਤੁਸਾਂ ਅੱਗੇ ਗਈਆਂ ਦੱਸਣੀਆਂ, ਨਾਲ ਥੋੜ੍ਹਾ ਜਿਹਾ ਮੌਸਮ ਨਾਲ ਦੱਸਣਾ ਕਿ ਮੌਸਮ ਕੀ ਹੈ। ਜਾਇਜ਼ ਪਾਕਿਸਤਾਨ ਜ਼ਬਰਦਸਤ ਮੌਸਮ ਹੈ ਜੀ, ਬੜੀ ਸੋਹਣੀ ਹੋਣ ਧੁੱਪ ਚੜ੍ਹੀ। ਗਈਆਂ ਤੱਕੋ ਅਤੇ ਨਜ਼ਾਰੇ ਗਿਣੋ ਪਾਕਿਸਤਾਨ ਨੇ, ਦਿਸ਼ਾਨੇ ਪਠਵਾਰ ਯੂਟਿਊਬ ਚੈਨਲ ਨੇ। ਤਾਂ ਬੱਚੀਆਂ ਬੱਚੇ ਵੱਧੇ ਅਤੇ ਮਾਸ਼ਾਅੱਲਾ ਇਹਨਾਂ ਇਹ ਵੀ ਬੜਾ ਇੱਕ ਖੁਰਾਕ ਬਣਾਈ ਨੇ ਜੀ, ਕੜਾਹ ਬਣਾਉਣੇ ਨਿੱਕੀਆਂ ਬੱਚੀਆਂ ਬੱਚਿਆਂ ਵਾਸਤੇ ਵੀ ਪੱਠੇ ਪਏ ਗਏ। ਬੱਚੀਆਂ ਬੱਚੇ ਕੋਈ ਦਿਖਾਈ ਦੇ ਅਤੇ ਕੁਝ ਦੱਬੋ ਸੈੱਟ ਲੱਗੇ ਨੇ ਬੱਚੀਆਂ ਖਾਣੀਆਂ ਵੀ। ਮਾਸ਼ਾਅੱਲਾ ਬੜੇ ਜ਼ਬਰਦਸਤ ਪੱਠੇ ਬਣਾਏ ਜੀ, ਟੋਕਾ ਮਸ਼ੀਨ ਨਾਲ ਜਵਾਰ ਟੋਕੀ ਦੇ ਨਾਲ ਵਿੱਚ ਨੀਲਾ ਮਿਕਸ ਹੋਇਆ। ਇਸ ਕੀ ਅਸਾਂ ਆਪਣੀ ਜ਼ਬਾਨ ਪਠਵਾਰੀ 'ਚ ਭਾਅ ਆਖਣੇ ਹਾਂ ਜੀ। ਤੱਕੋ ਮਾਲ ਡੰਗਰ ਜਿਹੜਾ ਕਪਹਿਲ ਅਤੇ ਸੂਰੀਆਂ ਲਾਉਣੀਆਂ ਹੋਣ, ਸਭ ਫੁਲਸੀਆਂ ਨਹੀਂ ਹੋਣ, ਭਾਅ ਜਿਹੜੀ ਆ ਸਿੱਧੀ ਢੇਰਾਂ ਪਰ ਤੋ ਇਸਤੇਮਾਲ ਹੋਣੀ ਫਸਲਾਂ ਵਿੱਚ ਜਿਹੜਾ ਅਸਾਂ ਹੈਲਪ।